ਤਾਂ ਘਰ ਦੇ ਵਿੱਚ ਕੰਮ ਕਰਦੇ ਸਮੇਂ ਇੱਕ ਮਿਸਤਰੀ ਤੇ ਘਰ ਦੇ ਮਾਲਕ ਨੂੰ ਕਰੰਟ ਲੱਗਿਆ। ਕਰੰਟ ਲੱਗਣ ਦੇ ਨਾਲ ਇਹ ਦੋਵੇਂ ਜਣੇ ਬੁਰੀ ਤਰ੍ਹਾਂ ਝੁਲਸੇ ਜਾਂਦੇ ਨੇ। ਝੁਲਸਣ ਦੀ ਹਾਲਤ ਦੇ ਵਿੱਚ ਇਹਨਾਂ ਦੋਵਾਂ ਜਣਿਆਂ ਨੂੰ ਹਸਪਤਾਲ ਲਿਜਾਇਆ ਜਾਂਦਾ, ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਦੇ ਵੱਲੋਂ ਇਹਨਾਂ ਦੋਵਾਂ ਨੂੰ ਮ੍ਰਿਤ ਘੋਸ਼ਿਤ ਆ ਜਿਹੜਾ ਉਹ ਕਰ ਦਿੱਤਾ ਜਾਂਦਾ। ਤਾਂ ਇੱਕ ਘਰ ਦੇ ਮਾਲਕ ਤੇ ਇੱਕ ਮਿਸਤਰੀ ਨੂੰ ਕਰੰਟ ਲੱਗਿਆ। ਕਰੰਟ ਲੱਗਣ ਦੇ ਨਾਲ ਉਹਨਾਂ ਦੋਵਾਂ ਜਣਿਆਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ। ਤਾਂ ਇਹ ਹਾਦਸਾ ਉਸ ਸਮੇਂ ਵਾਪਰਦਾ ਹੈ ਜਦੋਂ ਘਰ ਦੀਆਂ ਕੰਧਾਂ ਨੂੰ ਪਲਾਸਟਰ ਆ ਜਿਹੜਾ ਉਹ ਕੀਤਾ ਜਾ ਰਿਹਾ ਸੀ। ਤਾਂ ਪਲਾਸਟਰ ਦੇ ਦੌਰਾਨ ਪੈੜਾਂ ਨੂੰ ਉਤਾਰਦੇ ਸਮੇਂ ਇੱਕ ਲੋਹੇ ਦਾ ਗਾਡਰ ਆ ਜਿਹੜਾ ਉਹ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾ ਜਾਂਦਾ। ਗਾਡਰ ਜਦੋਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਂਦਾ ਤਾਂ ਗਾਡਰ ਦੇ ਵਿੱਚ ਕਰੰਟ ਆ ਜਿਹੜਾ ਉਹ ਆ ਜਾਂਦਾ। ਤਾਂ ਜਦੋਂ ਗਾਡਰ ਦੇ ਵਿੱਚ ਕਰੰਟ ਆਇਆ ਤਾਂ ਮਿਸਤਰੀ ਆ ਜਿਹੜਾ ਉਹ ਕਰੰਟ ਲੱਗਣ ਦੇ ਨਾਲ ਕੋਠੇ ਦੇ ਉੱਪਰ ਹੀ ਗਿਰ ਜਾਂਦਾ, ਜਦਕਿ ਘਰ ਦਾ ਮਾਲਕ ਕਰੰਟ ਲੱਗਣ ਦੇ ਨਾਲ ਕੋਠੇ ਤੋਂ ਹੇਠਾਂ ਡਿੱਗ ਜਾਂਦਾ, ਜਿਸ ਕਰਕੇ ਦੋਵੇਂ ਜਣੇ ਬੁਰੀ ਤਰ੍ਹਾਂ ਝੁਲਸੇ ਜਾਂਦੇ ਨੇ। ਝੁਲਸਣ ਤੋਂ ਬਾਅਦ ਇਹਨਾਂ ਦੋਵੇਂ ਜਣਿਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੱਕ ਉਹਨਾਂ ਦੋਵਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ। ਤਾਂ ਮਾਮਲਾ ਫਿਰੋਜ਼ਪੁਰ ਦੇ ਸ਼ਾਂਗਾ ਖੁਰਦ ਪਿੰਡ ਤੋਂ ਨਿਕਲ ਕੇ ਸਾਹਮਣੇ ਆਇਆ, ਜਿੱਥੇ ਇੱਕ ਮਿਸਤਰੀ ਤੇ ਇੱਕ ਘਰ ਦੇ ਮਾਲਕ ਨੂੰ ਕਰੰਟ ਲੱਗਿਆ। ਕਰੰਟ ਲੱਗਣ ਦੇ ਨਾਲ ਇਹਨਾਂ ਦੋਵਾਂ ਜਣਿਆਂ ਦੀ ਮੌਤ ਆ ਜਿਹੜੀ ਉਹ ਹੋਈ ਆ। ਤਾਂ ਜਿਹੜਾ ਘਰ ਦਾ ਮਾਲਕ ਸੀ ਉਸਦੇ ਛੋਟੇ ਛੋਟੇ ਬੱਚੇ ਸੀ, ਜਿਨ੍ਹਾਂ ਦਾ ਰੋ ਰੋ ਕੇ ਹੁਣ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ। ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਿਜਲੀ ਮਹਿਕਮੇ ਦੇ ਉੱਪਰ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ। ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਵਾਰ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਹੋਈ ਹੈ ਕਿ ਸਾਡੇ ਕੋਠੇ ਦੇ ਉੱਪਰੋਂ ਹਾਈ ਵੋਲਟੇਜ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਲੰਘ ਰਹੀਆਂ ਨੇ, ਜਿਨ੍ਹਾਂ ਕਰਕੇ ਕੋਈ ਵੱਡਾ ਹਾਦਸਾ ਜਿਹੜਾ ਉਹ ਵੀ ਵਾਪਰ ਸਕਦਾ। ਸਾਨੂੰ ਹਮੇਸ਼ਾ ਡਰ ਬਣਿਆ ਰਹਿੰਦਾ। ਤਾਂ ਹੁਣ ਇਹ ਹਾਦਸਾ ਜਿਹੜਾ ਇੱਕ ਵੱਡਾ ਵਾਪਰਿਆ, ਜਿੱਥੇ ਉਹਨਾਂ ਹੀ ਬਿਜਲੀ ਦੀਆਂ ਤਾਰਾਂ ਦੇ ਨਾਲ ਇੱਕ ਮਕਾਨ ਮਾਲਕ ਅਤੇ ਇੱਕ ਮਿਸਤਰੀ ਦੀ ਕਰੰਟ ਲੱਗਣ ਦੇ ਨਾਲ ਮੌਤ ਆ ਜਿਹੜੀ ਉਹ ਹੋਈ ਆ। ਤਾਂ ਘਰ ਦੀਆਂ ਕੰਧਾਂ ਨੂੰ ਪਲਸਤਰ ਕਰਨ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਸੀ, ਤਾਂ ਪੈੜ ਆ ਜਿਹੜੀ ਉਹ ਉਤਾਰੀ ਜਾ ਰਹੀ ਸੀ। ਤਾਂ ਇੱਕ ਲੋਹੇ ਦਾ ਗਾਡਰ ਕੋਠੇ ਦੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾਉਂਦਾ ਹੈ, ਜਿਸ ਕਰਕੇ ਗਾਡਰ ਦੇ ਵਿੱਚ ਕਰੰਟ ਆਇਆ ਅਤੇ ਕਰੰਟ ਲੱਗਣ ਦੇ ਨਾਲ ਦੋ ਜਣਿਆਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ। ਸ਼ਾਮ 5 ਵਜੇ ਦੀ ਘਟਨਾ ਹੈ ਜੀ। ਮਿਸਤਰੀ ਲੱਗਿਆ ਹੋਇਆ ਸੀ ਉੱਪਰ ਕੋਠੇ ਦੇ, ਤੇ ਬਿਜਲੀ ਬੋਰਡ ਨੂੰ ਇਹਨਾਂ ਲਿਖ ਕੇ ਵੀ ਦਿੱਤਾ ਹੋਇਆ, ਸ਼ਹਿਰ ਕੇ ਵੀ ਉੱਪਰੋਂ ਲਾਈਟ ਲੰਘਦੀ ਹੈ ਵੀ ਉੱਪਰੋਂ ਸਾਨੂੰ ਖਤਰਾ ਹੈ, ਜਾਨੀ ਖਤਰਾ ਹੈ ਵੀ ਬਿਜਲੀ ਤਾਰਾਂ ਸਾਈਡ ਤੇ ਕੀਤੀਆਂ ਜਾਣ, ਪਰ ਬਿਜਲੀ ਬੋਰਡ ਨੇ ਅਣਗਹਿਲੀ ਕੀਤੀ, ਉਹਦੇ ਕਰਕੇ ਅੱਜ ਵੇਖ ਲਓ ਏਡਾ ਵੱਡਾ ਹਾਦਸਾ ਹੋ ਗਿਆ। ਛੋਟੇ ਛੋਟੇ ਬੱਚੇ ਹੁਣ ਕੀ ਕਰਨਗੇ ਜੀ। ਕਰੰਟ ਇਸ ਤਰ੍ਹਾਂ ਜੀ, ਉੱਪਰ ਮਿਸਤਰੀ ਲੱਗਿਆ ਹੋਇਆ ਸੀ ਤੇ ਗਾਡਰ ਤੋਂ ਗਾਡਰ ਥੁੜਕ ਗਿਆ, ਤੇ ਉਹਦੇ ਕਾਰਨ ਦੋਨਾਂ ਮਿਸਤਰੀ ਤੇ ਜਿਹੜਾ ਘਰ ਦਾ ਮਾਲਕ ਹੈ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ। ਤੇ ਉਮਰ ਹੈਗੀ ਹੈ 32 ਸਾਲ ਦੀ, ਦੂਜਾ ਬਿੱਟੂ। ਇਸ ਤਰ੍ਹਾਂ ਜੋ ਕਿ ਮਕਾਨ ਮਾਲਕ ਮਹੀਨਾ ਹੋ ਗਿਆ ਸਾਰੀ ਦਾ ਕੰਮ ਚੱਲਦਾ ਪਿਆ, ਜੋ ਕਿ ਇੱਕ ਮਿਸਤਰੀ ਲਾਇਆ ਸੀ ਇਹਨੇ ਨਾਲ, ਦੋ ਮਜ਼ਦੂਰ ਵੀ ਲੱਗੇ ਸੀ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਉੱਪਰੋਂ ਗਾਡਰ ਲੱਗਿਆ, ਤੇ ਅਚਾਨਕ ਹੀ ਜਿਹੜਾ ਮਾਲਕ ਹੈ ਉਹ ਥੱਲੇ ਡਿੱਗ ਪਿਆ ਤੇ ਮਿਸਤਰੀ ਉੱਪਰ ਕੋਠੇ ਤੇ ਡਿੱਗ ਪਿਆ, ਦੋਨੋਂ ਨੂੰ ਲਾਈਟ ਲੱਗ ਗਈ। ਤੇ ਜਦੋਂ ਇੱਥੇ ਭੱਜ ਦੌੜ ਹੋਈ ਇਹ ਪਤਾ ਲੱਗਿਆ ਵੀ ਲਾਈਟ ਲੱਗ ਗਈ, ਅੱਧਾ ਘੰਟਾ ਮਿਲਦੇ ਮਿਲਦੇ ਰਹਿਣੇ, ਪਰ ਉਹ ਜਦੋਂ ਗੱਲ ਹੋਈ ਫਿਰ ਹਸਪਤਾਲ ਲਗਾਏ, ਹਸਪਤਾਲ ਨੇ ਇਹ ਕਹਿਤਾ ਵੀ ਦੋਵਾਂ ਦੀ ਮੌਤ ਹੋ ਚੁੱਕੀ। ਬੱਚੇ ਇਸ ਤਰ੍ਹਾਂ ਹੀ ਹਿਸਾਬ ਲਾ ਲਓ, ਛੋਟਾ 8-9 ਸਾਲ ਦਾ ਬੱਚਾ, 10 ਸਾਲ ਦਾ, ਤੇ ਬਰਾਬਰ ਪ੍ਰਸ਼ਾਸਨ ਦੇ ਇਹੀ ਮੰਗ ਕਰਦੇ ਹਾਂ ਜੋ ਕਿ ਅੱਜ ਇਹਨਾਂ ਨਾਲ ਬਹੁਤ ਧੱਕਾ ਆਇਆ ਹੈ, ਇਹਨਾਂ ਬੱਚਿਆਂ ਬਾਰੇ ਕੁਛ ਸੋਚਿਆ ਜਾਵੇ, ਪਰਮਾਸ਼ ਇਹੀ ਗੱਲ ਕਰਦੇ ਹਾਂ ਜੋ ਕਿ ਬਿਜਲੀ ਬੋਰਡ ਤੇ ਹੱਥ ਪਾਈ ਜਾਵੇ, ਜੋ ਕਿ ਇੰਨਾ ਅੱਜ ਵੇਖ ਲਓ ਛੋਟ ਇਹਨਾਂ ਲਿਖ ਕੇ ਵੀ ਦਿੱਤਾ ਪਰ ਬਿਜਲੀ ਬੋਰਡ ਨੇ ਫਿਰ ਵੀ ਨਹੀਂ ਸੋਚਿਆ।